ਮੈਂ ਅਮਰਪਾਲ ਅਤੇ ਤੁਹਾਡਾ ਸਵਾਗਤ ਹੈ ਬਲੌਗਿੰਗ ਸੈਸ਼ਨ ਦੇ ਵਿੱਚ। ਦੋਸਤੋ, ਕੋਈ ਅੱਜ ਮੇਨ ਗੱਲ ਤਾਂ ਹੋਈ ਨਹੀਂ। ਅੱਜ ਪਹਿਲਾਂ ਥੋੜ੍ਹੇ ਬਹੁਤੇ ਕੰਮ ਸੀਗੇ, ਲੈਕਚਰ ਵੀ ਲਾਉਣੇ ਸੀਗੇ। ਬਾਕੀ ਇਹ ਹੈਗਾ ਸੀ, ਲੈਕਚਰਾਂ ਦੇ ਵਿੱਚੋਂ ਟਾਈਮ ਕੱਢ ਕੇ ਸਾਨੂੰ ਬਲੌਗ ਹੈ ਜਿਹੜਾ ਉਹ ਬਣਾਉਣਾ ਪੈਂਦਾ ਹੈਗਾ। ਅਤੇ ਬਾਕੀ ਤੁਹਾਨੂੰ ਆਪਾਂ 2000 ਸਬਸਕ੍ਰਾਈਬ ਕਰਦੇ ਚੈਨਲ ਨੂੰ, ਜੀ ਆਰ ਸੀ ਬਲੌਗ ਲਾਈਵ ਤੁਹਾਨੂੰ ਸਬਸਕ੍ਰਾਈਬ ਕਰਵਾਉਣੇ ਆ। ਦੇਖੋ ਤੁਸੀਂ ਵੀ ਕਰਦੇ ਹੋ ਜੀ ਆਰ ਸੀ ਬਲੌਗ, ਜੀ ਆਰ ਸੀ ਸਪੇਸ ਨੋਟ ਕਰੋ ਵੀ ਐਲ ਓ ਆ ਗਿਆ। ਇਹ ਆਪਣਾ ਚੈਨਲ ਹੈਗਾ, ਇਹਨੇ ਸ਼ੇਅਰ ਕਰਨਾ ਹੈਗਾ, ਸਬਸਕ੍ਰਾਈਬ ਤਾਂ ਕਰਤਾ ਅਤੇ ਲਾਈਕ ਅਤੇ ਵੀਡੀਓ ਜ਼ਰੂਰ ਦੇਖੀ। ਓਕੇ, ਸੋਹਣੀ ਬਣੀ ਆ ਉਹ ਗੱਲ ਸੁਣ, ਜ਼ਰੂਰ ਚੱਲ ਰਿਹਾ ਹੈਗਾ। ਚਲੋ ਦੋਸਤੋ, 2-3 ਸਬਸਕ੍ਰਾਈਬਰ ਤਾਂ ਹੁਣੀ ਹੋ ਗਏ। ਹਾਂਜੀ ਦੋਸਤੋ, ਕੱਲ੍ਹ ਬੜਾ ਮੀਂਹ ਪਿਆ ਸੀ, ਉਸ ਤੋਂ ਬਾਅਦ ਜਿਹੜਾ ਪੂਰਾ ਜਿਹੜਾ ਮੌਸਮ ਆ ਉਹ ਖਰਾਬ ਹੋ ਗਿਆ। ਠੀਕ ਹੈ, ਅਤੇ ਇਹ ਹੈਗਾ ਕਿ ਮੌਸਮ ਅਤੇ ਹੌਲੀ ਹੌਲੀ ਮੌਸਮ ਸੈੱਟ ਹੋਊਗਾ। ਸਤੰਬਰ ਦੇ ਮਹੀਨੇ ਦੇ ਵਿੱਚ ਜਿਹੜਾ ਮੌਸਮ ਸਹੀ ਹੋਊਗਾ। ਹੁਣ ਤਾਂ ਤੁਸੀਂ ਦੇਖ ਹੀ ਸਕਦੇ ਹੋ ਮੌਸਮ ਕਿੰਨਾ ਘੈਂਟ ਆ, ਸਾਰਾ ਪਾਣੀ ਹੋਇਆ ਪਿਆ ਸਭ ਕਿਤੇ, ਮੀਂਹ ਕਰਕੇ ਵੀ ਅਤੇ ਉਹ ਹਿੰਮਤ ਕਰਕੇ ਵੀ ਨਵੇਂ ਕਰਕੇ ਹੋਇਆ ਪਿਆ ਸਭ। ਅਤੇ ਦੂਜੀ ਇਹ ਗੱਲ ਹੈ ਕਿ ਸਾਡੇ ਨਾਲ ਇੱਕ ਦੋਸਤ ਹੈਗਾ ਪ੍ਰਕਾਸ਼, ਉਹਦੇ ਗਾਣੇ ਬਹੁਤ ਵਧੀਆ ਉਹਨੇ ਬਾਈ ਨੇ ਲਿਖੇ ਨੇ। ਅਗਰ ਤੁਹਾਡੇ ਵਿੱਚ ਚਾਹਤ ਹੈ ਕਿ ਤੁਸੀਂ ਆਪਣਾ ਬਲੌਗ ਤਿਆਰ ਕਰ ਸਕਦੇ ਹੋ ਔਰ ਸਾਨੂੰ ਸੈਂਡ ਕਰ ਸਕਦੇ ਹੋ, ਤਾਂ ਤੁਸੀਂ ਸੈਂਡ ਕਰ ਦਿਓ। ਅੱਜ ਮੈਂ ਆਹ ਬਾਈ ਹੈ, ਇਹਨੇ ਹੁਣ ਪ੍ਰੈਂਕ ਬਣਾਉਣਾ ਹੈਗਾ ਅਤੇ ਪ੍ਰੈਂਕ ਹੀ ਬਣਾਊਗਾ, ਇਹਨੇ ਕਹਿਤਾ। ਉਹ ਤੋਂ ਬਾਅਦ ਜੇ ਤੁਹਾਡੀ ਵੀ ਇੱਛਾ ਹੈਗੀ ਕਿ ਤੁਸੀਂ ਸਾਡੇ ਬਲੌਗਿੰਗ ਸੈਸ਼ਨ ਵਿੱਚ ਕੰਮ ਕਰਨਾ ਹੈਗਾ, ਤਾਂ ਜ਼ਰੂਰ ਤੁਸੀਂ ਆਪ ਇਹਦੇ ਮੋਸਟ ਵੈਲਕਮ। ਸੀਟੀ ਮਾਰਤੀ ਆਂਟੀ ਨੇ, ਚਲੋ ਚੱਲੀਏ। ਅੱਜ ਬਹੁਤ ਗਰਮੀ ਦਾ ਮੌਸਮ ਸੀਗਾ, ਉਹ ਪਿੱਛੇ ਮਰੀ ਜਾਂਦਾ, ਇਹਨੂੰ ਅੱਗੇ ਕਰ, ਇਹਦੇ ਮੈਨੂੰ ਕੈਮਰਾ ਕਰੀ ਮਾੜਾ ਜਿਹਾ ਕੈਮਰਾ ਇਹਨੂੰ, ਤੇਰੇ ਦਾ ਮੈਂ ਤੇਰੀ ਸੰਗ ਜੀ ਦਾ ਮੈਂ ਲਾ ਦੂੰ ਸਾਰਾ ਕੁੜੀ ਵਾਂਗੂ ਸੰਗੀ ਦਾ। ਚੱਲ ਆਹ ਵੇਖੋ, ਆਹ ਮੂਹਰੇ ਆਈ ਜਾਂਦਾ, ਉਹ ਪਿੱਛੇ ਜਾਈ ਜਾਂਦਾ, ਆ ਜਾ ਹੁਣ। ਹਾਂਜੀ ਦੋਸਤੋ, ਇੰਨਾ ਵੀ ਨਹੀਂ ਪਿੱਛੇ ਜਾਣਾ ਗਾ, ਹੁਣ ਆਪਾਂ ਚੱਲਦੇ ਹਾਂ। ਛੁੱਟੀ ਹੋ ਗਈ ਹੈ, ਦਿਨ ਦਾ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਲੰਘ ਗਿਆ। ਬਹੁਤ ਕੰਮ ਸੀਗੇ, ਕੰਮ ਵੀ ਸੀਗੇ, ਕੰਮ ਵੀ ਕਰਦੇ ਹਾਂ, ਸਭ ਕੁਛ ਕਰਨਾ ਪੈਂਦਾ, ਪੜ੍ਹਾਈ ਵੀ ਚੱਲਦੀ ਹੈ ਨਾਲ ਦੀ ਨਾਲ। ਚਲੋ ਐਂ ਦੀ ਹੁਣ, ਇਹ ਹੈ ਫੁਹਾਰਾ ਚੌਕ, ਇਹ ਸਾਡਾ ਫੁਹਾਰਾ ਚੌਕ ਹੈ, ਅਤੇ ਬੜੀਆਂ ਜ਼ਿਆਦਾ ਜੁੜੀਆਂ ਨੇ ਇਹਨਾਂ ਦੀਆਂ। ਇੱਕ ਗੱਲ ਹੋਰ ਹੈ ਦੋਸਤੋ, ਸੰਗਣ ਵਾਲੀ ਕੁੜੀ ਪਿੱਛੇ ਟੱਪ ਗਈ, ਟੱਪ ਗਈ ਉਹ ਇੰਨਾ ਸੰਗਦਾ ਟੱਪ ਗਿਆ ਪਿੱਛੇ। ਹਾਂਜੀ ਦੋਸਤੋ ਚੱਲਦੇ ਹਾਂ, ਅਤੇ ਛੁੱਟੀ ਹੋ ਗਈ ਹੈ, ਇੱਕ ਦਿਨ ਸਾਡੀ ਵੀ ਛੁੱਟੀ ਹੋਣੀ ਹੈ, ਕੋਈ ਗੱਲ ਨਹੀਂ। ਆਪਾਂ ਜਿੰਨਾ ਚਿਕਰ ਹੈਗੀਆਂ ਹੋਣਾ ਚਿਕਰ ਤੁਹਾਡੇ ਤੱਕ, ਹਰ ਇੱਕ ਪਲ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ, ਚਾਹੇ ਉਹ ਸੈਡ ਹੋਵੇ, ਚਾਹੇ ਉਹ ਹਾਸੀ ਵਾਲੀ ਹੋਵੇ, ਸਾਡੇ ਜਿੰਨੇ ਵੀ ਪਲ ਨੇ ਤੁਹਾਡੇ ਸਾਂਝੇ ਕਰਾਂਗੇ। ਹੋਰ ਦੇਖੋ ਸੰਗਣ ਵਾਲੀ ਕੁੜੀ ਆਉਂਦੀ ਹੈ, ਸੰਗਣ ਵਾਲੀ ਕੁੜੀ ਇਜ਼ ਹੇਅਰ ਕਮਿੰਗ। ਹਾਂਜੀ ਆ ਜਾ, ਗੱਲ ਮੈਂ ਇਹ ਨੋਟ ਕੀਤੀ ਹੈ, ਜਿਹੜੇ ਵੀ ਇੱਥੋਂ ਪੜ੍ਹ ਕੇ ਗਏ ਉਹ ਵੀ ਇੱਥੋਂ ਨੋਟ ਕਰਦੇ ਹੋਣਗੇ ਕਿ ਫਸਟ ਈਅਰ ਦੇ ਵਿੱਚ ਭਾਵੇਂ ਤੁਸੀਂ 15 ਜਾਣੇ ਸੀਗੇ, 20 ਜਾਣੇ, 25 ਜਾਣੇ, 30 ਜਾਣੇ, ਠੀਕ ਹੈ, ਪਰ ਜਿਵੇਂ ਕਿ ਤੁਹਾਡਾ ਜਿਹੜਾ ਈਅਰ ਬਦਲ ਜਾਂਦਾ ਨਾ, ਜਾਂ ਮਤਲਬ ਸਾਲ ਵੱਧ ਜਾਂਦਾ, ਜਿੰਨੇ ਤੁਹਾਡੇ ਯਾਰ ਬੇਲੀ ਸੀਗੇ ਸਾਰੇ ਘੱਟ ਗਏ ਹੋਣਗੇ। ਉਵੇਂ ਸਾਡੇ ਨਾਲ ਪਹਿਲਾਂ ਬੜੇ ਯਾਰ ਬੇਲੀ ਸੀਗੇ, ਹੁਣ ਵਿੱਚੋਂ ਕੁਝ ਨੇੜੇ ਮਤਲਬ ਹੈਗੇ ਨੇ, ਨਜ਼ਦੀਕੀ ਹੈਗੇ ਨੇ, ਕੁਝ ਨਹੀਂ ਹੁੰਦੇ ਗੇ। ਅਤੇ ਹਰ ਇੱਕ ਦੀ ਆਪਣੀ ਆਪਣੀ ਹੁੰਦੀ ਹੈ, ਆਪਣੀ ਆਪਣੀ ਮਜਬੂਰੀ ਹੁੰਦੀ ਹੈ, ਆਪਣੀ ਆਪਣੀ ਲਾਈਫ ਹੈ। ਆਪਾਂ ਕਿਸੇ ਨੂੰ ਕਿਸੇ ਨੂੰ ਕਹਿੰਦੇ ਗਏ, ਸਾਡਾ ਅਰਜਿੰਦਰ ਹੈਗਾ ਜਿਹੜਾ ਕਿ ਜਿੱਥੇ ਬੜੀਆਂ ਯਾਦਾਂ ਜੁੜੀਆਂ ਨੇ, ਆਪਾਂ ਦੱਸ ਨਹੀਂ ਸਕਦੇ ਕਿ ਇੱਥੋਂ ਪਤਾ ਨਹੀਂ ਕਿੰਨੇ ਕੁ ਪੜ੍ਹ ਕੇ ਗਏ ਨੇ। ਅਤੇ ਦੋਸਤੋ ਇੱਥੋਂ ਹੀ ਆਪਾਂ ਐਂਡਿੰਗ ਕਰਕੇ ਜਾਵਾਂਗੇ, ਇੱਥੋਂ ਹੀ ਐਂਡਿੰਗ ਕਰਕੇ ਜਾਵਾਂਗੇ, ਇਹੋ ਜਿਹੀਆਂ ਯਾਦਾਂ ਵੀ ਜੁੜੀਆਂ ਨੇ। ਤਾਂ ਦੋਸਤੋ ਇੱਥੇ ਐਂਡਿੰਗ ਕਰਕੇ, ਇੱਥੋਂ ਬਾਹਰ ਐਂਡਿੰਗ ਕਰਕੇ ਚੱਲਦੇ ਹਾਂ, ਅਤੇ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ। ਰੱਬ ਰੱਖਾ, ਗੁੱਡ ਬਾਏ।